ਕਿੰਨੇ ਦਿਨ ਹੋ ਗਏ ਇਹਨੂੰ ਆਈ ਨੂੰ, ਹਜੇ ਜਾਣ ਦਾ ਨਾਂ ਹੀ ਨਹੀਂ ਲੈਂਦੀ। ਭਾਬੀ ਮੈਂ ਨਾ ਸਭ ਕੁਛ ਸੁਣ ਲਿਆ ਜਿਹੜਾ ਤੁਸੀਂ ਮੈਨੂੰ ਬੋਲ ਰਹੇ ਸੀ। ਬਹੁਤ ਵਧੀਆ ਜੇ ਸੁਣ ਲਿਆ, ਹੁਣ ਦੱਸ ਵੀ ਦੇ ਕਦੋਂ ਜਾਣਾ, ਜਾਂ ਫਿਰ ਸੁਣ ਕੇ ਤੂੰ ਅਣਸੁਣਿਆ ਹੀ ਕਰਤਾ। ਨਹੀਂ ਭਾਬੀ ਮੈਂ ਅੱਜ ਹੀ ਵਾਪਸ ਜਾ ਰਹੀ ਹਾਂ, ਤੁਸੀਂ ਨਾ ਬਸ ਮੰਮੀ ਨੂੰ ਸਮਝਾ ਲਿਓ। ਮੰਮੀ ਨੂੰ ਕੀ ਸਮਝਾਉਣਾ, ਚੱਕ ਬਣਾ ਬੋਰੀਆ ਬਿਸਤਰ ਤੁਰਦੀ ਬਣ। ਭਾਬੀ ਚਲੀ ਤਾਂ ਮੈਂ ਜਾਣੀ ਆ, ਬਸ ਇੱਕ ਗੱਲ ਦਾ ਜਵਾਬ ਦੇ, ਤੂੰ ਮੇਰੇ ਨਾਲ ਇਹਨੇ ਨਫ਼ਰਤ ਕਿਉਂ ਕਰਦੀ ਆ? ਨਫ਼ਰਤ ਨਫ਼ਰਤ ਪਤਾ ਕਿਉਂ ਕਰਦੀ ਆ, ਮੈਨੂੰ ਤੇਰਾ ਇਸ ਘਰ 'ਚ ਆਉਣਾ ਬਿਲਕੁਲ ਪਸੰਦ ਨਹੀਂ। ਠੀਕ ਆ ਭਾਬੀ ਮੈਂ ਜਾਣੀ ਆ, ਬਸ ਤੂੰ ਮੇਰੇ ਮੰਮੀ ਡੈਡੀ ਦਾ ਨਾ ਖਿਆਲ ਰੱਖੀ, ਮੈਂ ਤੈਨੂੰ ਵਾਅਦਾ ਕਰਦੀ ਆ ਅੱਜ ਤੋਂ ਬਾਅਦ ਨਾ ਮੈਂ ਕਦੇ ਵੀ ਇਸ ਘਰ 'ਚ ਪੈਰ ਨਹੀਂ ਪਾਉਂਦੀ। ਸ਼ੁਕਰ ਆ ਚੱਲੀ ਆ ਇਹ, ਦੁਖੀ ਕੀਤਾ ਪਿਆ ਸੀ, ਗਾਲੀ ਪੂਜ ਪੂਜ ਕਰਦੇ ਸੀ ਇਹਦੀ, ਕਦੇ ਆ ਲਿਆ ਤਾ ਕਦੇ ਉਹ ਲਿਆ ਤਾ, ਸ਼ੁਕਰ ਆ ਖੈੜਾ ਛੁੱਟਿਆ ਇਹ ਤੋਂ। ਮੰਮੀ ਮੈਨੂੰ ਬਹੁਤ ਟਾਈਮ ਹੋ ਗਿਆ ਆਈ ਨੂੰ, ਹੁਣ ਮੈਂ ਆਪਣੇ ਸਹੁਰੇ ਚੱਲੀ ਆ। ਲੈ ਆ ਕੀ ਗੱਲ ਬਣੀ, ਅਜੇ ਹੁਣ ਤਾਂ ਤੂੰ ਆਈ ਆ, ਹੁਣ ਤੂੰ ਜਾਣ ਦੀ ਵੀ ਗੱਲ ਕਰਦੀ ਆ, ਮੈਂ ਤਾਂ ਤੇਰੇ ਨਾਲ ਅਜੇ ਤੱਕ ਕੋਈ ਗੱਲਬਾਤ ਵੀ ਨਹੀਂ ਕੀਤੀ। ਮੰਮੀ ਦੀਦੀ ਨੇ ਲੱਗਦਾ ਤੁਹਾਨੂੰ ਦੱਸਿਆ ਨਹੀਂ, ਇਹਨੇ ਨੇ ਸੱਸ ਨੂੰ ਬੁਖਾਰ ਚੜਦਾ, ਇਹਨਾਂ ਨੂੰ ਤਾਂ ਜਾਣਾ ਹੀ ਆ ਫਿਰ। ਹਾਂ ਮੰਮੀ ਭਾਬੀ ਨਾ ਸਹੀ ਕਹਿੰਦੇ ਨੇਗੇ, ਮੈਨੂੰ ਨਾ ਇਹਨਾਂ ਦਾ ਫੋਨ ਆਇਆ ਸੀਗਾ, ਇਹ ਕਹਿੰਦੇ ਤੂੰ ਵਾਪਸ ਆ ਜਾ, ਮੰਮੀ ਨੂੰ ਬੁਖਾਰ ਚੜ ਰਿਹਾ। ਅੱਛਾ ਪੁੱਤ ਫਿਰ ਤਾਂ ਤੈਨੂੰ ਜਾਣਾ ਹੀ ਪੈਣਾ। ਹਾਂਜੀ ਮੰਮੀ। ਹੁਣ ਐਂ ਕਰੀ ਜਦੋਂ ਤੇਰੀ ਸੱਸ ਠੀਕ ਹੋ ਗਈ ਮੈਨੂੰ ਫੋਨ ਕਰਦੀ, ਤੇਰਾ ਵੀਰਾ ਆ ਕੇ ਲੈ ਜੂਗਾ। ਮੰਮੀ ਮੇਰੇ ਤੋਂ ਨਾ ਹੁਣ ਆ ਨਹੀਂ ਹੋਣਾ, ਇਹਨਾਂ ਨੇ ਵੀ ਕੰਮ ਲਈ ਬਾਹਰ ਜਾਣਾ, ਫਿਰ ਪਿੱਛੇ ਵੀ ਘਰ ਕੋਈ ਹੋਣਾ ਨਹੀਂ, ਤੁਹਾਨੂੰ ਪਤਾ ਹੀ ਆ ਫਿਰ ਕਿੱਥੇ ਸਰਦਾ, ਤੁਸੀਂ ਫਿਰ ਸਮਝ ਸਕਦੇ ਹੋ ਮੈਂ ਨਹੀਂ ਆ ਸਕਦੀ। ਚੱਲ ਠੀਕ ਆ ਪੁੱਤ ਜਿਵੇਂ ਤੇਰੀ ਮਰਜ਼ੀ, ਤੂੰ ਨਾ ਆਪਦਾ ਬੈਗ ਪੈਕ ਕਰ, ਮੈਂ ਹੁਣੇ ਹੀ ਆਉਂਦੀ ਹਾਂ। ਬੇ ਪੁੱਤ ਤੂੰ ਆ ਬੈਠਾ, ਤੇਰੀ ਭੈਣ ਤਾਂ ਜਾਣ ਦੀ ਤਿਆਰੀ ਖਿੱਚੀ ਬੈਠੀ ਆ। ਦੀਦੀ ਜਾ ਰਹੀ ਹੈ, ਪਹਿਲਾਂ ਤਾਂ ਮੰਮੀ ਆਈ ਦੀ ਹਜੇ। ਹੋਰ ਪੁੱਤ ਉਹਦੀ ਸੱਸ ਬਿਮਾਰ ਹੋ ਗਈ ਤਾਂ ਕਰਕੇ ਉਹਨੂੰ ਜਾਣਾ ਪੈ ਗਿਆ। ਅੱਛਾ ਮੰਮੀ। ਪੁੱਤ ਤੂੰ ਐਂ ਕਰ ਮੈਨੂੰ ਨਾ 1100 ਰੁਪਈਆ ਦੇ, ਉਹਨੂੰ ਆਪਾਂ ਕੋਈ ਕੱਪੜਾ ਲੀੜਾ ਤਾਂ ਲਿਆ ਕੇ ਨਹੀਂ ਦਿੱਤਾ, ਉਹਨੂੰ 1100 ਸ਼ਗਨ ਦਾ ਦੇ ਦਿੰਦੇ ਹਾਂ। ਠੀਕ ਆ ਮੰਮੀ ਦਿੰਦਾ ਮੈਂ। ਮੰਮੀ ਤੁਹਾਨੂੰ ਨਾ ਦੀਦੀ ਬੁਲਾ ਰਹੇ ਨੇ। ਅੱਛਾ ਪੁੱਤ ਤੂੰ ਐਂ ਕਰ ਪੈਸੇ ਕੱਢ ਕੇ ਰੱਖ, ਮੈਂ ਹੁਣੇ ਆਉਂਦੀ ਹਾਂ। ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ, ਮੇਰੇ ਕੋਲ ਦੇਣ ਲਈ ਤੁਹਾਨੂੰ ਰੁਪਈਆ ਨਹੀਂ, ਆਪਣੀ ਭੈਣ ਨੂੰ ਤੁਸੀਂ 1100 ਰੁਪਈਆ ਦੇ ਰਹੇ ਹੋ।
ਚੱਲ ਫੇਰ ਕੀ ਹੋ ਗਿਆ, ਹੁਣ ਕਿਹੜਾ ਰੋ ਰੋ ਦੇਣੇ ਨੇ। ਬੜੇ ਸਿਆਣੇ ਬਣਦੇ ਹੋ, ਤੁਹਾਡੀ ਕੋਈ ਫੈਕਟਰੀ ਚੱਲਦੀ ਹੈ? ਮਾਂ ਨੇ ਧੀ ਨੂੰ ਸ਼ਗਨ ਦੇਣ ਲਈ ਕਿਹਾ ਨੀ, ਤੁਸੀਂ ਨਾਲ ਦੀ ਨਾਲ ਤਿਆਰ ਵੀ ਹੋ ਗਏ। ਰੇਣੂ ਉਹ ਮੇਰੀ ਭੈਣ ਹੈ, ਉਹਦੇ ਲਈ ਇੰਨਾ ਕੁ ਤਾਂ ਬਣਦਾ ਹੀ ਹੈ। ਬਣਦਾ? ਉਹਨੂੰ ਤੁਸੀਂ ਹੁਣ ਮੇਰੇ ਤੋਂ ਪੁੱਛੇ ਬਿਨਾਂ ਪੈਸੇ ਦੇਵੋਗੇ? ਮੇਰੀ ਗੱਲ ਸੁਣ ਲਓ ਕੰਨ ਖੋਲ ਕੇ, 100 ਰੁਪਏ ਤੋਂ 1 ਪੈਸਾ ਵੱਧ ਨਹੀਂ ਦੇਣਾ। ਮੈਨੂੰ ਮੰਮੀ ਨੂੰ ਹੁਣ ਮੈਂ ਕੀ ਕਹੂੰਗਾ? ਕਹਿਣਾ ਕੀ ਹੈ, ਕਹਿ ਦਿਓ ਤੁਹਾਡੇ ਕੋਲ ਪੈਸੇ ਹੈ ਨਹੀਂ। ਮੈਂ ਨਹੀਂ ਮੰਮੀ ਨੂੰ ਝੂਠ ਬੋਲ ਸਕਦਾ। ਜੇ ਝੂਠ ਨਹੀਂ ਨਾ ਬੋਲ ਸਕਦੇ, ਮੈਂ ਵੀ ਚੱਲੀ ਆਪਣੇ ਪੇਕੇ। ਹੁਣ ਆ ਕੀ ਬੋਲੀ ਜਾਂਦੀ ਹੈ, ਤੂੰ ਨਾ ਜਾਈ ਪੇਕੇ, ਮੇਰਾ ਜੀ ਨਹੀਂ ਲੱਗਣਾ। ਬਸ ਫਿਰ ਜਿਵੇਂ ਮੈਂ ਕਿਹਾ ਉਵੇਂ ਹੀ ਕਰੋ, 100 ਰੁਪਏ ਦੇ ਕੇ ਕੰਮ ਨਿਬੇੜੋ। ਮਸਾਂ ਤਾਂ ਮੈਂ ਤੁਹਾਡੀ ਭੈਣ ਨੂੰ ਘਰ ਤੋਂ ਬਾਹਰ ਕੱਢ ਰਹੀ ਹਾਂ। ਨੀ ਸ਼ਾਬਾਸ਼ ਤੇਰੇ, ਮੈਨੂੰ ਨੀ ਪਤਾ ਸੀ ਤੇਰੀ ਸੋਚ ਇਹੋ ਜਿਹੀ ਆ। ਮੈਂ ਵੀ ਕਹਾਂ ਮੇਰੀ ਧੀ ਇੱਕਦਮ ਕਿਵੇਂ ਜਾਣ ਨੂੰ ਤਿਆਰ ਹੋ ਗਈ, ਮੈਨੂੰ ਨੀ ਸੀ ਪਤਾ ਇਹ ਸਾਰਾ ਕੁਛ ਕੀਤਾ ਕਰਾ ਤੇਰਾ। ਚਲੋ ਵਧੀਆ, ਜੇ ਤੁਹਾਨੂੰ ਪਤਾ ਲੱਗ ਗਿਆ, ਮੈਂ ਹੀ ਕਿਹਾ ਸੀ ਉਹਨੂੰ ਘਰੋਂ ਜਾਣ ਨੂੰ। ਹੁਣ ਦੱਸੋ ਤੁਸੀਂ ਕੀ ਕਰੋਗੇ? ਮੇਰੀ ਤਾਂ ਬੱਸ ਨਿਕਲ ਜਾਣੀ ਆ, ਮੰਮੀ ਹਜੇ ਤੱਕ ਆਈ ਨੀ, ਮੈਂ ਦੇਖਾਂ ਜਾ ਕੇ। ਮੈਂ ਤਾਂ ਸੁਣਿਆ ਹੀ ਸੀ ਵੀ ਭਰਜਾਈਆਂ ਨਾ ਆਪਦੀਆਂ ਨਣਦਾਂ ਨੂੰ ਦੇਖ ਕੇ ਜਰਦੀਆਂ ਨੀ, ਅੱਜ ਤਾਂ ਮੈਂ ਆਪਦੇ ਘਰ 'ਚ ਅੱਖੀਂ ਦੇਖ ਲਿਆ। ਮੰਮੀ ਮੇਰੇ ਪਿੱਛੇ ਨਾ ਤੁਸੀਂ ਭਾਬੀ ਨੂੰ ਨਾ ਬੋਲੋ, ਮੈਂ ਚੱਲੀ ਹਾਂ, ਨਾਲੇ ਵੈਸੇ ਵੀ ਨਾ ਹੁਣ ਇਹ ਘਰ ਮੇਰਾ ਨਹੀਂ ਭਾਬੀ ਦਾ। ਬਸ ਜਿਹੜੇ ਇਹ ਮਿੱਠੇ ਪੋਚੇ ਪਾਉਂਦੀ ਆ ਨਾ, ਮੈਨੂੰ ਬਿਲਕੁਲ ਪਸੰਦ ਨਹੀਂ। ਅੱਛਾ ਤੈਨੂੰ ਮੇਰੀ ਧੀ ਪਸੰਦ ਨਹੀਂ, ਮੈਨੂੰ ਇੱਕ ਗੱਲ ਦੱਸ, ਜਿਵੇਂ ਤੈਨੂੰ ਨੀ ਮੇਰੀ ਧੀ ਪਸੰਦ, ਤੇਰੀ ਭਰਜਾਈ ਨੀ ਤੂੰ ਕਿਹੜਾ ਪਸੰਦ ਹੋਵੇਗੀ? ਰਹਿਣ ਦਿਓ ਮਾਤਾ ਜੀ, ਮੇਰੀ ਭਾਬੀ ਦੀ ਕੋਈ ਰੀਸ ਨੀ ਕਰ ਸਕਦਾ, ਉਹ ਤਾਂ ਮੈਨੂੰ ਹੱਥਾਂ ਦੇ ਚੁੱਕੀ ਫਿਰਦੀ ਹੈ। ਉਹ ਫੇਰ ਤੂੰ ਆਪਦੀ ਭਰਜਾਈ ਤੋਂ ਹੀ ਅਕਲ ਲੈ ਲੈਂਦੀ, ਉਹਦੇ ਜਿੰਨਾ ਨਾ ਸਹੀ, ਉਹ ਥੋੜਾ ਬਹੁਤਾ ਤਾਂ ਆਪਦੀ ਨਣਦ ਨਾਲ ਪਿਆਰ ਰੱਖ ਲੈਂਦੀ। ਇੱਕ ਆਹ ਮੇਰਾ ਮੁੰਡਾ, ਆਹ ਮੇਰੇ ਮੁੰਡੇ ਨੂੰ ਨਾ ਧੇਲੇ ਦੀ ਅਕਲ ਨੀ, ਹੁਣ ਤੂੰ ਆਪਦੀ ਜਨਾਨੀ ਦੇ ਮਗਰ ਲੱਗ ਕੇ ਆਪਦੀ ਭੈਣ ਨਾਲ ਵਰਤਣਾ ਛੱਡ ਦੇਗਾ? ਨਹੀਂ ਮੰਮੀ। ਰੇਨੂ ਧੀਆਂ ਨਾ ਆਪਣੇ ਪੇਕੇ ਘਰੇ ਕੁਛ ਮੰਗਣ ਨਹੀਂ ਆਉਂਦੀਆਂ, ਉਹਨਾਂ ਨੂੰ ਭਰਾ ਭਰਜਾਈ ਤੇ ਆਪਦੇ ਮਾਂ ਬਾਪ ਦਾ ਪਿਆਰ ਹੀ ਚਾਹੀਦਾ ਹੁੰਦਾ। ਹੁਣ ਤੂੰ ਮੈਨੂੰ ਐਂ ਦੱਸ, ਤੂੰ ਆਪਦੇ ਪੇਕੇ ਜਾਂਦੀ ਆ, ਤੂੰ ਉੱਥੇ ਉਹਨਾਂ ਦੀ ਸੁੱਖ ਸ਼ਾਂਤੀ ਭਾਲਦੀ ਆ ਕਿ ਕੁਛ ਮੰਗਣ ਜਾਂਦੀ ਆ? ਨਾਲੇ ਪੁੱਤ ਤੂੰ ਮੈਨੂੰ ਐਂ ਦੱਸ, ਅੱਜ ਤੂੰ ਜੋ ਕੁਛ ਸ਼ੈਲੀ ਦੇ ਨਾਲ ਕੀਤਾ, ਜੇ ਤੇਰੀ ਭਰਜਾਈ ਤੇਰੇ ਨਾਲ ਕਰੇ ਫਿਰ ਤੇਰੇ ਦਿਲ ਤੇ ਕੀ ਬੀਤੂਗੀ? ਸੋਰੀ ਮੰਮੀ, ਮੈਂ ਸਮਝ ਗਈ ਹਾਂ, ਮੈਂ ਆਪਣੀ ਭੈਣ ਵਰਗੀ ਨਣਦ ਨਾਲ ਗਲਤ ਕੀਤਾ। ਮੰਮੀ ਐਂ ਨਾ ਕਹੋ, ਭਾਬੀ ਤਾਂ ਬਹੁਤ ਚੰਗੀ ਆ, ਸ਼ਾਇਦ ਮੇਰੇ 'ਚ ਕੋਈ ਕਮੀ ਹੋਊਗੀ ਜਿਹੜਾ ਮੈਂ ਭਾਬੀ ਦਾ ਦਿਲ ਨਹੀਂ ਜਿੱਤ ਸਕੀ। ਨਾ ਸ਼ੈਲੀ, ਤੇਰੇ 'ਚ ਕੋਈ ਕਮੀ ਨਹੀਂ, ਤੂੰ ਬਹੁਤ ਚੰਗੀ ਹੈ। ਜਿਹੜੀ ਕਮੀ ਆ ਨਾ ਉਹ ਮੇਰੀ ਸੋਚ 'ਚ ਆ, ਜੋ ਮੈਂ ਤੁਹਾਡੇ ਨਾਲ ਆਹ ਕੁਛ ਕੀਤਾ। ਚਲੋ ਕੋਈ ਨਾ ਭਾਬੀ, ਮੈਂ ਨਾ ਹੁਣ ਚੱਲਦੀ ਹਾਂ, ਨਹੀਂ ਮੇਰੀ ਬੱਸ ਨਿਕਲ ਜੂ। ਸ਼ੈਲੀ ਕੀ ਗੱਲ, ਤੂੰ ਮੈਨੂੰ ਮਾਫ਼ ਨਹੀਂ ਕੀਤਾ ਜਿਹੜੀ ਤੂੰ ਜਾਣ ਦੀਆਂ ਗੱਲਾਂ ਕਰ ਰਹੀ ਹੈ? ਨਹੀਂ ਭਾਬੀ, ਇਹੋ ਜਿਹੀ ਤਾਂ ਨਹੀਂ ਕੋਈ ਗੱਲ। ਬਸ ਫਿਰ ਹੁਣ ਤੂੰ ਕਿਤੇ ਨਹੀਂ ਜਾਣਾ, ਹੁਣ ਤੈਨੂੰ ਜਿੰਨੇ ਦਿਨਾਂ 'ਚ ਛੁੱਟੀਆਂ ਨੇ ਨਾ, ਹੁਣ ਤੂੰ ਸਾਰੀਆਂ ਛੁੱਟੀਆਂ ਉਰੇ ਰਹਿ। ਠੀਕ ਆ ਭਾਬੀ।